ਇਸਤਾਂਬੁਲ ਵਿੱਚ ਬੇਸਿਕਲੀ ਜਿੰਨੀਆਂ ਵੀ ਟ੍ਰੇਨਾਂ ਨੇ ਆਲਮੋਸਟ ਸਾਰਿਆਂ ਦੇ ਡਰਾਈਵਰ ਨੇ, ਆਈ ਮੀਨ ਫਰੰਟ ਦੇ ਡਰਾਈਵਰ ਜੋ ਕਿ ਟ੍ਰੇਨ ਨੂੰ ਹੈਂਡਲ ਕਰਦੇ ਨੇ। ਲੇਕਿਨ ਇੱਕ ਟ੍ਰੇਨ ਐਸੀ ਹੈ ਜਿਹੜੀ ਆਟੋ ਚੱਲਦੀ ਹੈ ਔਰ ਉਹਦਾ ਰੂਟ ਮਹਿਮੂਦ ਪੇ ਤੋਂ ਸ਼ਿਸ਼ਲੀ ਮਸਜਿਦ ਤੱਕ ਹੋਇਆ ਕਿ ਜਿਹਨੂੰ M7 ਕਹਿੰਦੇ ਨੇ। ਅਤੇ ਅੱਜ ਉਹ ਟ੍ਰੇਨ ਤੁਹਾਨੂੰ ਦਿਖਾਉਂਦੇ ਹਾਂ, ਸੋ ਚੈੱਕ ਕਰੋ। ਅਤੇ ਇਸ ਟਾਈਮ ਜਦੋਂ ਮੈਂ ਸਫ਼ਰ ਕੀਤਾ ਮੈਂ ਸੋਚ ਹੀ ਪੈ ਗਿਆ ਕਿ ਯਾਰ ਟ੍ਰੇਨ ਦਾ ਡਰਾਈਵਰ ਕਿੱਥੇ, ਟ੍ਰੇਨ ਆਟੋ ਚੱਲ ਰਹੀ ਹੈ ਕਿ ਹਰ ਸਟਾਪ ਤੋਂ ਉਹਨੇ ਰੁਕਣਾ ਵੀ ਹੈ ਸੇਮ ਉਸੇ ਜਗ੍ਹਾ 'ਤੇ ਕਿ ਹਰ ਜਗ੍ਹਾ ਹਰ ਸਟਾਪ 'ਤੇ ਮਸਲਨ 5 ਮਿੰਟ ਦੀ ਦੂਰੀ 'ਤੇ, 3 ਮਿੰਟ ਦੀ ਦੂਰੀ, 2 ਮਿੰਟ ਦੇ ਫਾਸਲੇ 'ਤੇ ਹਰ ਸਟਾਪ 'ਤੇ ਇਹਨਾਂ ਨੇ ਸਿਸਟਮ ਲਗਾਇਆ ਜਿਹੜਾ ਕਿ ਉਹਨੂੰ ਕੰਟਰੋਲ ਕਰਦਾ ਔਰ ਆਟੋ ਟੈਕਨੋਲੋਜੀ। ਸੋ ਵਿਜ਼ਿਟ ਕਰਾਉਂਦੇ ਹਾਂ ਤੁਹਾਨੂੰ, ਦਿਖਾਉਂਦੇ ਹਾਂ ਡਰਾਈਵਰ ਹੈ ਕਿ ਗੱਲ। 2 ਦਰਵਾਜ਼ੇ ਨੇ, ਮੇਨ ਕਿ ਪਟੜੀ ਵੱਲ ਕੋਈ ਬੰਦਾ ਨਾ ਜਾਏ ਇਸ ਟ੍ਰੇਨ ਦਾ ਖਾਸ ਤੌਰ 'ਤੇ। ਆਹ ਗੇਟ ਹੈ ਔਰ ਚੈੱਕ ਕਰੋਗੇ ਕਿ ਉਹ ਅੰਦਰ ਉਹ ਸਾਹਮਣੇ ਉਹ ਪਟੜੀ ਹੈ ਜਿਸ 'ਤੇ ਟ੍ਰੇਨ ਚੱਲਦੀ ਹੈ। ਸੋ ਟ੍ਰੇਨ ਆਉਣ ਵਾਲੀ ਹੈ, ਟ੍ਰੇਨ ਦੀ ਆਵਾਜ਼ ਆ ਰਹੀ ਹੈ। ਸੋ ਟ੍ਰੇਨ ਲਗਭਗ ਮੇਰੇ ਨਜ਼ਦੀਕ ਹੀ ਹੈ। ਮੇਰੀ ਇੱਕ ਵੀਡੀਓ ਵੀ ਹੈ ਵੇ ਜਿਹੜੀ ਮੈਂ ਦੋਸਤ ਨਾਲ ਗਿਆ ਸਾਂ, ਉਸ ਟ੍ਰੇਨ 'ਚ ਸਫ਼ਰ ਕੀਤਾ ਸੀ। ਸੋ ਮੈਂ ਤੁਹਾਨੂੰ ਉਹ ਵੀ ਚੈੱਕ ਕਰਾਉਂਦਾ ਵਾ, ਉਹ ਚੈੱਕ ਕਰਿਆ ਜੇ ਸੇਮ ਉਸੇ ਜਗ੍ਹਾ 'ਤੇ ਆ ਜਿੱਥੇ ਮਤਲਬ ਕਿ ਡਰਾਈਵਰ ਦੀ ਜਗ੍ਹਾ ਹੁੰਦੀ ਹੈ ਸੇਮ ਉਸੇ ਜਗ੍ਹਾ 'ਤੇ। ਲੜਕੇ ਦਾ ਟ੍ਰੇਨਰ ਚੈੱਕ ਕਰਿਆ ਜੇ ਮੈਂ। ਅੱਛਾ ਜੀ, ਇਹ ਬੰਦੇ ਦੇ ਕੰਮ ਚੈੱਕ ਕਰਵਾ, ਤੁਹਾਨੂੰ ਇਹ ਇੰਡੀਆ ਤੋਂ ਆਇਆ ਹੋਇਆ ਸਰੀ ਪੰਜਾਬੀ ਆ, ਸਰਦਾਰ ਆ, ਸਰਦਾਰ ਤਾਂ ਹੈ ਨਹੀਂ ਪਰ ਪੰਜਾਬੀ ਆ ਬੋਲਣਾ ਭਾਈ। ਤੁਹਾਨੂੰ ਮੈਂ ਲੈ ਗਿਆ ਟ੍ਰੇਨ 'ਚ, ਠੀਕ ਹੈ। ਆਪਾਂ ਮੈਂ ਕਿਹਾ ਆ ਚੱਲੀਏ ਕੰਮ ਕਿਤੇ ਚੱਲਦੇ ਹਾਂ। ਅੱਛਾ, ਟ੍ਰੇਨ ਦਾ ਨਾ ਆਟੋਮੈਟਿਕ ਚੱਲਦੀ ਹੈ, ਡਰਾਈਵਰ ਹੈ ਨਹੀਂ। ਮੈਂ ਕਹਿੰਦਾ ਮੈਂ ਨਹੀਂ ਬਹਿਣਾ। ਮੈਂ ਕਿਉਂ ਨਹੀਂ ਬਹਿਣਾ? ਕਹਿੰਦਾ ਡਰਾਈਵਰ ਹੈ ਨਹੀਂ, ਸਾਲਾ ਕਿਤੇ ਕੰਮ 'ਚ ਨਾ ਟੋਕ ਦਿਓ, ਇਹਦੇ ਕੰਮ ਚੈੱਕ ਕਰ। ਅਸੀਂ ਆਪੇ ਡਰਾਈਵਰ ਬਣ ਜਾਣਾ, ਇਹ ਡਰਾਈਵਰ ਹੀ ਹੈ ਨਹੀਂ ਇਹਦੇ। ਮੈਂ ਕਿਹਾ ਤੂੰ ਚਲਾ ਲੈ, ਆਹ ਕੱਚੇ ਤਾਂ ਲਾ ਲਈ, ਆਪਾਂ ਘਰ ਵੱਲ ਪਾ ਲਾਂਗੇ। ਰਸਤਾ ਬੰਦ ਹੈ, ਇੱਦਾਂ ਹੀ ਗੱਲ ਨਾ ਇਹਦੇ ਦਵਾਰ 'ਚ ਨਾ ਟੋਕ ਦੇ, ਇੱਦਾਂ ਕਹਿਣ ਦਿਆ। ਕਹਿੰਦਾ ਵੀ ਮੈਂ ਨਹੀਂ ਬਹਿਣਾ, ਮੈਂ ਨਹੀਂ ਜਾਣਾ। ਹੱਦ ਹੁੰਦੀ ਹੈ ਯਾਰ ਤੇਰੀ, ਆਪੇ ਚੱਲੀ ਜਾਊਗੀ। ਹੁਣ ਆਪੇ ਦੇਖੋ ਤੈਨੂੰ ਇੰਡੀਆ ਲੈ ਕੇ ਜਾਣਾ ਬਾਬਾ, ਇੰਡੀਆ ਲੈ ਕੇ ਜਾਣਾ। ਇਹਨਾਂ ਇੰਡੀਆ ਨਹੀਂ ਨਾ ਜਾਣਾ, ਇਹਨਾਂ ਨਹੀਂ ਜਾਣਾ, ਇਹਨਾਂ ਘਰੋਂ ਜਾਣਾ, ਘਰੋਂ ਘਰ। ਤੂੰ ਇਹਨਾਂ ਨੂੰ ਇੰਡੀਆ ਲੈ ਜਾਏਗਾ, ਤੇਰੀ ਜਾਨ ਨੂੰ ਪਿੱਟਣਗੇ, ਭੇਜ ਦੇਵਾਂਗੇ ਇਹਨਾਂ ਨੂੰ।